ਤਰਨਤਾਰਨ ਵਿਖੇ ਬੀਤੀ ਸ਼ਾਮ ਐਕਟਿਵਾ ਸਵਾਰ ਦੋ ਔਰਤਾਂ ਕੋਲੋਂ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ 6 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ। ਲੁੱਟ ਦਾ ਸ਼ਿਕਾਰ ਹੋਈ ਔਰਤ ਨਿਰਮਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਸਹੁਰਾ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਹ ਸਦਰ ਥਾਣੇ ਆਈ ਸੀ ਜਿੱਥੇ ਉਹਨਾਂ ਦਾ ਰਾਜ਼ੀਨਾਮਾ ਹੋ ਗਿਆ ਅਤੇ ਉਸ ਦੇ ਸਹੁਰਿਆਂ ਵੱਲੋਂ ਉਸ ਨੂੰ 6 ਲੱਖ ਰੁਪਏ ਦੇ ਕੇ ਝਗੜਾ ਨਿਬੇੜ ਲਿਆ ਗਿਆ, ਜਿਸ ਤੋਂ ਬਾਅਦ ਉਸ ਨਾਲ ਰਸਤੇ 'ਚ ਲੁੱਟਖੋ ਦੀ ਵਾਰਦਾਤ ਵਾਪਰ ਗਈ। ਮੇਰਾ ਸਹੁਰੇ ਪਰਿਵਾਰ ਨਾਲ ਅੱਜ ਤੋਂ 4 ਮਹੀਨੇ ਪਹਿਲਾਂ ਝਗੜਾ ਹੋਇਆ ਸੀ ਅਤੇ ਜਿਹਦਾ ਰਾਜ਼ੀਨਾਮਾ ਅੱਜ ਸਦਰ ਥਾਣੇ ਵਿੱਚ ਰੱਖਿਆ ਗਿਆ ਸੀ ਅਤੇ ਸਦਰ ਥਾਣੇ ਵਿੱਚ ਮੈਨੂੰ ਉਹਨਾਂ ਨੇ ਸਭ ਕੁਛ ਮੇਰੇ ਕੋਲ ਲਿਖਾ ਕੇ ਅਤੇ ਮੈਨੂੰ ਉਹਨਾਂ ਨੇ ਰਾਜ਼ੀਨਾਮਾ ਕਰਕੇ ਮੈਨੂੰ 6 ਲੱਖ ਦੇ ਕਰੀਬ ਮੈਨੂੰ ਪੈਸੇ ਦੇ ਦਿੱਤੇ ਸੀ ਅਤੇ ਰਾਜ਼ੀਨਾਮਾ ਮੇਰੇ ਕੋਲ ਉਹਨਾਂ ਨੇ ਸਭ ਕੁਛ ਲਿਖਵਾ ਲਿਆ ਸੀ। ਉਹ ਹੀ ਮੈਂ ਆਪਣਾ 6 ਲੱਖ ਰੁਪਈਆ ਲੈ ਕੇ ਮੈਂ ਆਪਣੇ ਵੀ ਭੂਆਈ ਦੀ ਉੱਥੇ ਨਰੰਗਾਬਾਦ ਜਾ ਰਹੀ ਸੀ, ਗੰਦੇ ਨਾਲੇ ਕੋਲ ਪਹੁੰਚੀ, ਨਾਲ ਮੇਰੀ ਭੈਣ ਸੀ, ਅਸੀਂ ਸਕੂਟਰੀ 'ਤੇ ਸਵਾਰ ਸੀ ਅਤੇ ਉਹਨਾਂ ਪਿੱਛੋਂ 2 ਮੋਟਰਸਾਈਕਲ 'ਤੇ ਸਵਾਰ ਆਏ, ਉਹਨਾਂ ਨੇ ਮੇਰੇ ਉਹ ਸਕੂਟਰੀ 'ਤੇ ਲੱਤ ਮਾਰੀ, ਸਕੂਟਰੀ ਸੁੱਟ ਕੇ ਅਤੇ ਮੇਰੇ ਕੋਲ 6 ਲੱਖ ਰੁਪਈਆ ਲੈ ਕੇ ਅਤੇ ਫਰਾਰ ਹੋ ਗਏ। ਉਧਰ ਥਾਣਾ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਿਰਮਲਜੀਤ ਕੌਰ ਔਰ ਉਨਕੇ ਸਾਥ ਉਨਕੀ ਬਹਿਨ ਜਾ ਰਹੀ ਥੀ ਐਕਟਿਵਾ ਪੇ, ਉਨਕੇ ਪਾਸ 6 ਲੱਖ ਰੁਪਏ ਥੇ ਜੋ ਕਿ 2 ਮੋਟਰਸਾਈਕਲ ਸਵਾਰ ਲੋਗੋ ਨੇ ਉਨਸੇ ਖਿੱਚ ਕੇ ਲੇ ਗਏ। ਯੇ ਜਾ ਰਹੇ ਥੇ ਨਿਰੰਗਾਬਾਦ, ਯੇ ਹੁਆ ਟੱਕਰ ਸਾਹਿਬ ਵਾਲੇ ਰੋਡ ਕੇ ਉੱਪਰ। ਕਿਆ ਕਾਰਵਾਈ ਕੀ ਜਾ ਰਹੀ ਹੈ? ਐਫ ਆਈ ਆਰ ਦਰਜ ਕਰ ਲਈ ਗਈ ਹੈ, ਇਸਕੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਯੇ ਪੈਸੇ ਕਹਾਂ ਸੇ ਆਏ ਥੇ ਇਸਕੇ ਪਾਸ? ਯੇ ਵੈਰੀਫਾਈ ਹੋਣਾ ਬਾਕੀ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਰਨਤਾਰਨ ਤੋਂ ਸੁਖਜਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed mobile 84374 94647 84374 94648।